ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਵੋ ਸਾਵਧਾਨ। ਔਰਤ ਨੇ ਆਨਲਾਈਨ ਕੀਤਾ ਆਰਡਰ ਤਾਂ ਵਿੱਚੋਂ ਨਿਕਲਿਆ ਜਿਉਂ ਦਾ ਸੱਪ। ਇਹ ਸਭ ਦੇਖ ਕੇ ਔਰਤ ਰਹਿ ਗਈ ਹੱਕੀ ਬੱਕੀ। ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਇਰਲ। ਜੇਕਰ ਤੁਸੀਂ ਵੀ ਆਨਲਾਈਨ ਸ਼ਾਪਿੰਗ ਕਰਨ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਦੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮੇਂ ਦੇ ਵਿੱਚ ਬਦਲਾਅ ਆ ਰਿਹਾ ਤਾਂ ਟੈਕਨੋਲੋਜੀ ਵੀ ਅੱਗੇ ਵੱਧਦੇ ਜਾ ਰਹੀ ਆ। ਹਰ ਕੋਈ ਭੀੜ ਭਾੜ ਵਾਲੇ ਬਾਜ਼ਾਰਾਂ ਦੇ ਵਿੱਚ ਜਾਣਾ ਪਸੰਦ ਨਹੀਂ ਕਰਦਾ, ਤਾਂ ਘਰ ਬੈਠੇ ਹੀ ਫੋਨ ਤੇ ਇੱਕ ਕਲਿੱਕ ਕਰਦਾ ਹੈ ਤਾਂ ਉਸਦਾ ਸਮਾਨ ਹੈ ਜਿਹੜਾ ਉਹ ਕੁਝ ਸਮੇਂ ਬਾਅਦ ਹਾਜ਼ਰ ਹੋ ਜਾਂਦਾ ਹੈ। ਦੱਸਦੇ ਕਿ ਆਨਲਾਈਨ ਸ਼ਾਪਿੰਗ ਦਾ ਟ੍ਰੈਂਡ ਹੈ ਜਿਹੜਾ ਕਿ ਉਹ ਵੱਧਦਾ ਜਾ ਰਿਹਾ, ਪਰ ਕਈਆਂ ਨੂੰ ਇਸਦਾ ਨੁਕਸਾਨ ਹੁੰਦਾ ਤੇ ਕਈਆਂ ਨੂੰ ਫਾਇਦਾ ਵੀ ਹੁੰਦਾ। ਦੱਸਦੇ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿ ਇੱਕ ਔਰਤ ਨੇ ਆਨਲਾਈਨ ਆਰਡਰ ਕੀਤਾ ਸੀ ਤਾਂ ਔਰਤ ਦਾ ਉਹ ਸਮਾਨ ਉਸਨੂੰ ਨਹੀਂ ਮਿਲਦਾ ਜੋ ਉਸਨੇ ਮੰਗਵਾਇਆ ਸੀ, ਤਾਂ ਬਕਾਇਦਾ ਸਮਾਨ ਦੇ ਵਿੱਚੋਂ ਕੁਝ ਹੋਰ ਹੀ ਨਿਕਲਦਾ। ਜੀ ਹਾਂ, ਸਮਾਨ ਦੇ ਵਿੱਚ ਜਿਉਂ ਦਾ ਸੱਪ ਨਿਕਲਦਾ। ਇਹ ਸਭ ਦੇਖ ਕੇ ਔਰਤ ਜਿਹੜੀ ਕਿ ਹੱਕੀ ਬੱਕੀ ਰਹਿ ਜਾਂਦੀ ਹੈ, ਔਰਤ ਦੇ ਹੋਸ਼ ਹੀ ਉੱਡ ਜਾਂਦੇ ਨੇ। ਤਾਂ ਦੱਸਦੇ ਕਿ ਔਰਤ ਦੇ ਨਾਲ ਇਹ ਜੱਗੋ ਤੇਰਵੀਂ ਹੋ ਜਾਂਦੀ ਹੈ ਤਾਂ ਡਿਲੀਵਰੀ ਬੁਆਏ ਜਿਵੇਂ ਹੀ ਔਰਤ ਨੂੰ ਸਮਾਨ ਦੇ ਕੇ ਜਾਂਦਾ ਤਾਂ ਵਿੱਚ ਜਿਉਂ ਦਾ ਸੱਪ ਦੇ ਕੇ ਚਲਾ ਜਾਂਦਾ, ਤਾਂ ਔਰਤ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ। ਇਹ ਵੀਡੀਓ ਹੈ ਬੈਂਗਲੌਰ ਦਾ। ਬੈਂਗਲੌਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਆਨਲਾਈਨ ਆਰਡਰ ਦੇ ਵਿੱਚੋਂ ਇੱਕ ਜਿਉਂ ਦਾ ਸੱਪ ਨਿਕਲਿਆ। ਤਾਂ ਤੁਸੀਂ ਵੀ ਜੇਕਰ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਥੋੜ੍ਹਾ ਸਾਵਧਾਨ ਹੋ ਜਾਵੋ ਕਿ ਇਸਦੇ ਨੁਕਸਾਨ ਅਤੇ ਕੀ ਫਾਇਦੇ ਨੇ। ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਬੀਤੇ ਦਿਨੀ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਆਨਲਾਈਨ ਜੋ ਕਿ ਆਈਸਕ੍ਰੀਮ ਆਰਡਰ ਕੀਤੀ ਗਈ ਸੀ ਤਾਂ ਆਈਸਕ੍ਰੀਮ ਦੇ ਵਿੱਚ ਇੱਕ ਕੱਟੀ ਹੋਈ ਮਨੁੱਖੀ ਉਂਗਲੀ ਮਿਲਦੀ ਹੈ। ਇਸੇ ਤਰ੍ਹਾਂ ਹੀ ਇਸ ਆਰਡਰ ਦੇ ਵਿੱਚ, ਇਸ ਸਮਾਨ ਦੇ ਵਿੱਚ ਇੱਕ ਜਿਉਂ ਦਾ ਸੱਪ ਨਿਕਲਦਾ ਹੈ। ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜੋ ਤੁਸੀਂ ਆਪਣੀ ਮੋਬਾਈਲ ਸਕਰੀਨ 'ਤੇ ਲਗਾਤਾਰ ਦੇਖ ਰਹੇ ਹੋ।